ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਆ ਤੁਸੀਂ ਸਾਰੇ ਠੀਕ ਹੋਵੋਗੇ। ਤੇ ਮੈਂ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਕਰਦੀ ਆ, ਆਪਣੇ ਤੇ ਨਹੀਂ ਬਲਕਿ ਆਪਣੇ ਸਾਰਿਆਂ ਦੇ ਤੇ। ਤੇ ਜਿਵੇਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਜੇ 3000 ਸਬਸਕ੍ਰਾਈਬਰ ਹੋਵੇ ਨਾ ਤੇ ਉਦੋਂ ਅਸੀਂ ਵੀਡੀਓ ਅਪਲੋਡ ਕਰਾਂਗੇ, ਤੇ ਕੋਈ ਵੀਡੀਓ ਨਹੀਂ ਪਾਈ ਸੀਗੀ ਉਦੋਂ। 3000 ਸਬਸਕ੍ਰਾਈਬਰ ਹੋ ਗਏ, ਹੁਣ ਅਸੀਂ ਵੀਡੀਓ ਪਾਉਣੀਆਂ ਸ਼ੁਰੂ ਕਰਾਂਗੇ ਇਹਦੇ ਤੇ। ਤੇ ਥੈਂਕ ਯੂ, ਸਾਨੂੰ ਤਾਂ ਐਵੇਂ ਸੀਗਾ 1-2 ਦਿਨ ਲੱਗ ਜਾਊਗਾ ਵੈਸੇ ਇਹਦੇ ਤੇ, ਮੈਨੂੰ ਨਹੀਂ ਪਤਾ ਸੀਗਾ। ਪਰ ਇਸ ਨੂੰ ਕਹਿੰਦੇ ਨੇ ਟਰੂ ਕਿ ਵਲੌਗਰ, ਹਨਾ ਟਰੂ ਲਵ। ਤੇ ਤੁਸੀਂ ਸਾਡੇ ਲਈ ਇੰਨਾ ਕੁਝ ਕੀਤਾ ਤਾਂ ਥੈਂਕ ਯੂ। ਤੇ ਹਾਂਜੀ, ਤੁਹਾਨੂੰ ਕੱਲ ਹੀ ਅਸੀਂ ਇਹ ਵਲੌਗ ਦੇ ਵਿੱਚ ਪਾਏ ਸੀ, ਕੱਲ ਨਹੀਂ ਮਤਲਬ ਅੱਜ ਵਲੌਗ ਹੀ ਪਾਏ ਸੀ। 5 ਵਜੇ ਵਲੌਗ ਆਏ ਸੀ ਹਨਾ ਵੀ 3000 ਸਬਸਕ੍ਰਾਈਬਰ ਕਰ ਦੋ, ਨਾਲ ਦੀ ਨਾਲ ਵੀਡੀਓ ਪਾ ਦਾਂਗੇ। ਹਜੇ 3 ਘੰਟੇ ਹੋਏ ਨੇ, 3 ਘੰਟੇ ਤੁਸੀਂ 3000 ਛੱਡੋ, 3500 ਸਾਨੂੰ ਐਵੇਂ ਸੀ 2-3 ਦਿਨ ਲੱਗ ਜਾਣਗੇ। 3500 ਸਬਸਕ੍ਰਾਈਬਰ ਹੋ ਗਿਆ, ਬਹੁਤ ਬਹੁਤ ਪਿਆਰ ਦੇ ਰਹੇ ਹੋ, ਪਰ ਅਸੀਂ ਵੀ ਆਪਣਾ ਵਾਅਦਾ ਨਿਭਾ ਰਹੇ ਹਾਂ ਤੁਹਾਨੂੰ। ਮੈਂ ਗਗਨ ਨੂੰ ਹੀ ਕੈਮਰਾ ਫੜਾਇਆ, ਅੱਗੇ ਤੋਂ ਇਹੀ ਵੀਡੀਓ ਬਣਾਇਆ ਕਰੂੰਗੀ, ਸਾਰਾ ਕੁਛ ਇਹੀ ਚੈਨਲ ਤੇ ਇਹੀ ਕਰਿਆ ਕਰੂੰਗੀ ਖੁਦ। ਤੁਸੀਂ ਮੇਰੇ ਚੈਨਲ ਤੇ ਕੀ ਕਰ ਰਹੇ ਹੋ? ਮੈਂ ਵਿੱਚ ਆ ਰਿਹਾ, ਮੈਨੂੰ ਵੀ ਥੋੜ੍ਹਾ ਜਿਹਾ ਲੈਣਾ ਵਿੱਚ। ਤੇ ਇਹ ਅਸੀਂ ਕਲਿੱਪ ਤੁਹਾਡੇ ਲਈ ਪਾ ਰਹੇ ਹਾਂ ਹਨਾ, ਕਿਉਂਕਿ ਰਾਤ ਹੋਈ ਪਈ ਹੈ, ਟਾਈਮ ਹੋ ਰਿਹਾ 9:45 ਦਾ ਟਾਈਮ ਹੋ ਰਿਹਾ, ਅਸੀਂ ਆਪਣਾ ਵਾਅਦਾ ਨਿਭਾਉਣ ਲਈ ਇਹ ਕਲਿੱਪ ਪਾ ਰਹੀ ਹੈ। ਤੇ ਵਧੀਆ ਵਲੌਗ, ਘੈਂਟ ਵਲੌਗ ਇੱਥੇ ਪਾਵਾਂਗੇ ਅਲੱਗ ਤਰੀਕੇ ਨਾਲ, ਉਵੇਂ ਚੈਨਲ ਨਾਲ ਨਹੀਂ ਇੱਥੇ ਵਲੌਗ ਪਾਉਂਦੇ, ਇੱਥੇ ਥੋੜ੍ਹਾ ਜਿਹਾ ਅਲੱਗ ਤਰੀਕੇ ਹੋਣਗੇ ਕੈਜੂਅਲੀ। ਪਰ ਐਵੇਂ ਨਾ ਸੋਚਿਓ ਵੀ ਆ ਤੁਸੀਂ ਘਰੇ ਹੀ ਬਣਾਈ ਜਾਂਦੇ ਹੋ ਜਾਂ ਇੱਥੇ ਚਲੇ ਜਾਂਦੇ ਹੋ ਜਾਂ ਵਲੌਗ ਦਾ ਮਤਲਬ ਵੀ ਇਹੀ ਹੁੰਦਾ। ਕਈ ਕਹਿੰਦੇ ਨੇ ਵਲੌਗ ਦੇ ਵਿੱਚ ਸਟੋਰੀਜ਼ ਲੈ ਕੇ, ਸਟੋਰੀਜ਼ ਨਹੀਂ, ਸਟੋਰੀਜ਼ ਵਾਲੇ ਅਲੱਗ ਚੈਨਲ ਹੁੰਦੇ ਨੇ, ਇਹ ਵਲੌਗ ਵਾਲਾ ਚੈਨਲ। ਇਹ ਸਾਨੂੰ ਕਦੇ ਵੀ ਕੁਛ ਵੀ ਨਹੀਂ ਪਤਾ ਹੁੰਦਾ ਵੀ ਅਸੀਂ ਕੀ ਬੋਲਣਾ, ਬਸ ਕੈਮਰਾ ਚਲਾ ਲੈਂਦੇ ਹਾਂ ਉਦੋਂ ਪਤਾ ਲੱਗਦਾ ਵੀ ਕੀ ਬੋਲਣਾ। ਇਹ ਸੋਚ ਕਹਿੰਦੀ ਹੁੰਦੀ ਹੈ ਹਨਾ ਵੀ ਪਹਿਲਾਂ ਸੋਚ ਤਾਂ ਲਵਾਂ ਕੀ ਬੋਲਣਾ, ਮੈਂ ਕਦੇ ਵੀ ਇਹਨਾਂ ਨੂੰ ਸੋਚਣ ਨਹੀਂ ਦਿੰਦਾ, ਨਾ ਇਹਨੂੰ ਨਾ ਮੰਮੀ ਨਾ ਡੈਡੀ ਉਹਨਾਂ ਨੂੰ, ਵੀ ਨਹੀਂ ਉਹਦਾ ਕੀ ਫਾਇਦਾ ਯਾਰ ਫੇਕ ਜੇ ਵਲੌਗ ਬਣਾਉਣ ਦਾ। ਪਹਿਲਾਂ ਸਾਰਾ ਕੁਛ ਮਤਲਬ ਉਹ ਸੋਚ ਲਿਆ, ਫਿਰ ਕੈਮਰਾ ਖੋਲ ਲਿਆ ਤੇ ਹੁਣ ਅਸੀਂ ਆਹ ਕਰਾਂਗੇ, ਫਿਰ ਉਹ ਉਵੇਂ ਕਰ ਯਾਰ, ਉਹਦਾ ਕੀ ਫਾਇਦਾ? ਵਲੌਗ ਦਾ ਮਤਲਬ ਆ ਵੀ ਆਪਣੇ ਦਿਲ ਦੀਆਂ ਗੱਲਾਂ ਕਰੋ ਜੋ ਐਨ ਤੁਹਾਡੇ ਸਾਹਮਣੇ ਆ ਹੁਣ, ਜਿਵੇਂ ਹੁਣ ਕੀ ਸਾਡੀਆਂ ਆ ਰਹੀਆਂ ਨੇ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਹੁਣ 10000 ਸਬਸਕ੍ਰਾਈਬਰ ਕਰ ਦਿਓ। ਜਦੋਂ 2-3 ਘੰਟੇ 'ਚ ਤੁਸੀਂ 3500 ਸਬਸਕ੍ਰਾਈਬ ਕਰ ਸਕਦੇ ਹੋ ਤਾਂ ਮਤਲਬ 1 ਜਾਂ 2 ਦਿਨ 'ਚ 10000 ਸਬਸਕ੍ਰਾਈਬ ਵੀ ਕਰ ਸਕਦੇ ਹੋ। ਜਦੋਂ 10000 ਸਬਸਕ੍ਰਾਈਬਰ ਹੋ ਗਏ ਪੂਰੇ ਤਾਂ ਪੂਰਾ ਘੈਂਟ ਵਲੌਗ ਪਾਵਾਂਗੇ, ਤੇ ਉਦੋਂ ਵੀ ਨਾਲ ਦੀ ਨਾਲ ਪਾਵਾਂਗੇ, ਚਾਹੇ ਉਹਦੀ ਬਣਾਉਣਾ ਪਵੇ ਉਹਦੀ ਨਹੀਂ, ਮਤਲਬ ਪਹਿਲਾਂ ਵੀ ਬਣਾ ਕੇ ਰੱਖ ਲਾਂਗੇ। ਜਿੰਨਾ ਪਿਆਰ ਤੁਸੀਂ ਹਰਮਨ ਟੀਮ ਨੂੰ ਦਿੱਤਾ ਸੀਗਾ ਓਨਾ ਪਿਆਰ ਇਹਨੂੰ ਦਊਂਗੇ ਤਾਂ ਵਧੀਆ। ਜਿਵੇਂ ਉਹ ਤੇ 5.5 ਲੱਖ ਨਾ, 5.5 ਲੱਖ ਸਬਸਕ੍ਰਾਈਬਰ ਹੋਏ ਹੋਏ ਨੇ ਤੇ ਮਿਲੀਅਨ ਚ ਵਿਊਜ਼ ਆਉਂਦੇ ਨੇ, 4,60,000 ਪਲੱਸ ਐਵੇਂ ਨੇ ਹਾਂਜੀ। ਤੇ ਜਿਵੇਂ ਉਹਦੇ ਵਿਊ ਆਉਂਦੇ ਨੇ ਮਿਲੀਅਨ ਚ, ਐਵੇਂ ਇਹਦੇ ਆਣ। ਉਹ ਆਪਣੇ ਚੈਨਲ ਤੇ ਹਨਾ 7-8 ਮਿਲੀਅਨ ਵੀ ਗਈਆਂ ਹੋਈਆਂ ਨੇ ਵੀਡੀਓ ਹਨਾ, ਬਹੁਤ ਵੱਡਾ ਚੈਨਲ ਆ, ਮਤਲਬ ਉਹ ਬਹੁਤ ਯਾਰ ਮਿਹਨਤ ਨਾਲ ਬਣਦੇ ਨੇ ਉਹ ਚੈਨਲ ਹਨਾ। ਮੈਨੂੰ ਹੀ ਪਤਾ ਵੀ ਮੈਂ ਕਿੰਨੀਆਂ ਰਾਤਾਂ ਕਿੰਨੇ ਦਿਨ ਬਸ ਜਾਗਦਾ ਹੀ ਬੈਠਾ ਰਹਿੰਦਾ ਸੀ, ਜਾਂ ਮੰਮੀ ਹੋਰਾਂ ਨੂੰ ਪਤਾ ਆ ਵੀ ਕਿਵੇਂ ਜਾਗ ਜਾਗ ਕੇ ਇਹ ਚੈਨਲ ਖੜੇ ਕਰਨੇ ਪੈਂਦੇ ਨੇ। ਇਹ ਚੈਨਲ ਦਾ ਵੀ ਇਹਨਾਂ ਨੂੰ ਪਤਾ ਪਿਆ ਮੈਨੂੰ, ਉਹਨਾਂ ਨੂੰ ਜਿਹੜੇ ਮੈਂ ਵਲੌਗ ਬਣਾਉਣਾ ਆ ਮੇਰਾ ਦਿਨ ਰਾਤ ਸਾਰਾ ਲੰਘ ਹੀ ਜਾਂਦਾ ਇਹ ਤੇ, ਤੇ ਤੁਸੀਂ ਪਿਆਰ ਕਰਦੇ ਰਹੋ, ਮਿਹਨਤ ਅਸੀਂ ਡਬਲ ਤੋਂ ਛੱਡੋ, ਪੂਰੇ ਦਿਨ ਰਾਤ 1 ਕਰ ਦੂੰਗਾ ਮੈਂ ਤਾਂ, ਮੈਂ ਕਰ ਦੂੰਗਾ ਇਹ ਤਾਂ ਮੈਨੂੰ ਪਤਾ ਨਹੀਂ, ਇਹ ਵੀ ਕਰ ਹੀ ਦਊਗੀ। ਵੈਸੇ ਮੈਨੂੰ ਇੰਨਾ ਨਹੀਂ ਪਤਾ ਸੀਗਾ ਵੀ ਪੰਜਾਬੀ ਵਲੌਗਸ ਨੂੰ ਵੀ ਲੋਕ ਇੰਨਾ ਜ਼ਿਆਦਾ ਪਿਆਰ ਕਰਨਗੇ, ਲੋਕ ਨਹੀਂ ਸਬਸਕ੍ਰਾਈਬਰਸ ਆਪਣੇ ਹੈ ਕਿ ਲੋਕ ਕਹਿੰਦੇ ਇਹਦੇ ਨੂੰ, ਲੋਕ ਕਦੇ ਨਹੀਂ ਕਹਿਣਾ ਤੁਸੀਂ ਸਾਰੀ ਫੈਮਿਲੀ ਹੋ ਸਾਡੀ, ਮਤਲਬ ਬਹੁਤ ਜ਼ਿਆਦਾ ਪਿਆਰ ਕਰਨ ਵਾਲੀ ਕਹਿਣਾ, ਜਿਹੜੀ ਇੰਨੀ ਵਧੀ ਜੁੜੀ ਹੋਈ ਫੈਮਿਲੀ ਹੈ ਸਾਡੀ, ਸਾਰੇ ਆਪਣੇ ਤੁਸੀਂ ਸਾਡੇ। ਤੇ ਜਿਵੇਂ ਮੈਂ ਹਰਮਨ ਨੂੰ ਵੀ, ਵੈਸੇ ਮੈਂ ਹਿੰਦੀ ਵਲੌਗਸ ਬਹੁਤ ਜ਼ਿਆਦਾ ਦਿਖਾਉਂਦੀ ਹੁੰਦੀ ਹਾਂ ਤੇ ਹਿੰਦੀ ਵਾਲਿਆਂ ਨੂੰ ਜਿਵੇਂ ਪਿਆਰ ਮਿਲਦਾ ਤੇ ਮੈਨੂੰ ਇੰਨਾ ਪਤਾ ਨਹੀਂ ਸੀਗਾ ਵੀ ਪੰਜਾਬੀ ਵਾਲਿਆਂ ਨੂੰ ਵੀ ਇੰਨਾ ਦੇਣਗੇ, ਮੈਨੂੰ ਐਸ ਥੋੜ੍ਹਾ ਟਾਈਮ ਚੱਲੂਗਾ ਫਿਰ ਬੰਦ ਹੋ ਜੂਗਾ ਤੇ, ਪਰ ਨਹੀਂ ਉਹ ਵਧੀਆ ਚੱਲਿਆ ਤਾਂ ਅਸੀਂ ਡਿਸੀਜ਼ਨ ਲਿੱਤਾ ਕਿ ਅਸੀਂ ਹੋਰ ਚੈਨਲ ਬਣਾਈਏ। ਤੇ ਪਰ ਪੰਜਾਬੀ ਵੀ ਬਹੁਤ ਵਧੀਆ ਚੱਲਦੇ ਨੇ, ਬਹੁਤ ਵਧੀਆ ਚੱਲਦੇ ਨੇ ਵਲੌਗ, ਬਹੁਤ ਧੰਨਵਾਦ ਤੁਹਾਡਾ ਜਿਹੜਾ ਆਪਣਾ ਹਰਮਨ ਰਾਜਗੜੀਆ ਵਲੌਗ, ਬਹੁਤ ਕਿੰਨਾ ਟਾਈਮ ਹੋਇਆ ਆਪਾਂ ਨੂੰ, ਬਹੁਤ ਸੋਹਣਾ ਚੱਲ ਰਿਹਾ ਉਹਨੂੰ, ਮਤਲਬ ਅਜੇ ਲਾ ਲਓ ਤੇ 35-40 ਵਲੌਗ ਆਏ ਹੋਣਗੇ, ਬਹੁਤ ਵਧੀਆ ਰਿਸਪੌਂਸ ਮਿਲਦਾ ਤੁਸੀਂ ਨਹੀਂ ਤੋਤਾ ਉੱਤੇ ਹੋ ਤੇ ਹੋ ਗਿਆ, ਥੋੜਾ ਜਿਹਾ ਉੱਤਾ ਹੋ ਗਿਆ ਵੀ, ਥੋੜਾ ਜਿਹਾ ਉੱਤਾ ਹੋ ਗਿਆ, ਇੰਨਾ ਵਧੀਆ ਰਿਸਪੌਂਸ ਆ, ਮਤਲਬ ਦਿਲ ਖੁਸ਼ ਹੋ ਗਿਆ ਯਾਰ, ਦਿਲ ਖੁਸ਼ ਹੋ ਗਿਆ। ਇਸ ਤੇ ਵੀ ਤੁਸੀਂ ਬਸ ਹੁਣ ਗਾਹ ਪਾ ਦਿਓ, ਕਰ ਦਿਓ 10000 ਸਬਸਕ੍ਰਾਈਬਰ ਤੇ ਮਿਲਦੇ ਹੁਣ ਤੁਹਾਨੂੰ ਫਿਰ ਨੈਕਸਟ ਵਲੌਗ ਦੇ ਵਿੱਚ, ਪੂਰੇ ਘੈਂਟ ਦੇ ਵਿੱਚ ਕਰ ਦਿਓ 10000 ਸਬਸਕ੍ਰਾਈਬ। ਕਹਿ ਬਈ ਤੇਰਾ ਚੈਨਲ ਆ, ਹਾਂਜੀ ਡੂ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਟੂ ਆਰ ਚੈਨਲ, ਕਰ ਦਿਓ ਫਿਰ 10000 ਮਿਲਦੇ ਆ ਤੁਹਾਨੂੰ ਫਿਰ ਇਸ ਦੇ ਨਾਲ ਅਗਲੇ ਵਲੌਗ ਦੇ ਵਿੱਚ। 5 ਮਿੰਟ ਹੋ ਗਏ।